हाँ जी वीरे, की हाल आ सारा का? अज आप चले दिल्ली, तो की कर चले वैसे आप समान लैन चले सी। तो सवेर सवेर दे रात दे निकले हुए, सवेर हो गई, सानू सोहनी जी लोकेशन मिली सी, दो चार फोटो खिंच लिया। तो अपने नाल है खुशप्रीत, तो एक सुखपूरन वीरा। हूँ आप चले वापस, वापस नहीं दिल्ली नू चले हैं। मैं अगे वा, तुम नहीं पैना, चलो थोनों दिल्ली जाके मिलते हैं फिर। आप लचड़ करते हो, देखो मैं कहना गड्डी साफ कर, गड्डी नहीं शीशा कपड़ा हैगा। यार भाई इज्जत मेरे उत्ते पाई जाना, तू मार ठीक है। चलो चलिए जी दिल्ली में। आए सरदार जी, चलिए सर। हाँ जी सर जी, चलिए जी। कुछ रोमांटिक मूड भी बन गया। हाँ चलो, मैनू प्यौता यार सारा, देखिए आ मैनू प्यौता सारा। चल कोई ना, पानी चंगा वाइपर छड़ता की टाइम हो गया ਬੜੇ ਟਾਈਮ ਕਿਉਂ ਗਿਆ? ਟਾਈਮ ਹੋ ਗਿਆ ਸਰ 7 ਵੱਜ ਚੁੱਕੇ ਨੇ, 10 ਮਿੰਟ ਉੱਤੇ ਹੋ ਗਏ ਨੇ। 7 ਵੱਜ ਕੇ 10 ਮਿੰਟ ਹੋ ਗਏ, ਆਪਾਂ ਪਹੁੰਚਾਂਗੇ 10:30 ਵਜੇ। ਵੀਰੇ ਨੇ ਕਿਹਾ ਕੇਜਰੀਵਾਲ ਨੂੰ ਤਨਖਾਹ ਰੱਖਣਾ। ਵੀਰੇ ਕਿੰਨੀ ਤਨਖਾਹ ਦੇਣੀ ਆਪਾਂ? 7-8 ਹਜ਼ਾਰ ਰੁਪਏ ਬਸ। ਰੋਣੇ ਕੀ ਕਰਨਾ, ਚੱਪਲਾਂ ਪਾਉਣੀਆਂ ਤੇ ਕਾਸ਼ਾ ਰੋਣਾ। ਠੀਕ ਹੈ ਠੀਕ ਹੈ, ਮਾਰਤਾ ਤੁਸੀਂ ਉਹ ਕੁੱਤਾ ਮਾਰਤਾ ਤਾਂ ਕੀ ਦੇਖੀ ਇਹਨਾਂ ਤੋਂ ਉੱਤੇ ਕੀ ਆ ਅੜੀ ਚਲਾ ਲਾ ਚਾਰਾ ਡਿੱਗ ਪਿਆ ਹੁੰਦਾ ਤੁਹਾਨੂੰ ਦੁਬਾਰੇ ਲਾਵਾ ਧੋਣ ਜੀ ਫਿਰ ਲੱਗ ਜੂ ਕਰ ਦਿੱਲੀ ਜਾਣਾ ਰੁੱਤਕ ਟੱਪ ਗਏ ਅਤੇ ਹੁਣ ਲੱਗੀ ਭੁੱਖ ਸਾਨੂੰ ਇੱਥੇ ਰੁਕਣਾ ਇੱਥੇ ਕੁਛ ਖਾਵਾਂਗੇ ਪੀਵਾਂਗੇ ਫਿਰ ਚੱਲਦੇ ਹਾਂ ਲੈ ਕੇ ਆਉਂਦੇ ਸਰ ਅੱਛਾ ਉੱਪਰ ਘੁੰਮ ਕੇ ਆਉਣਾ ਪਊਗਾ ਇੱਥੇ ਘੱਟ ਹੀ ਖਾਣੀ ਖਾਵਾਂਗੇ ਕੀ ਪਰੌਂਠੇ ਮੈਨੂੰ ਦੱਸੋ ਮੈਨੂੰ ਉਹ ਭਾਈ ਸਾਹਿਬ ਭੱਜ ਵੀ ਗਏ ਐਡੀ ਛੇਤੀ ਆ ਜਾਓ ਲੌਕ ਲਾ ਦੇ ਚਲੋ ਸਰ ਚਲੋ 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 ਆਰਡਰ ਕਰੋ ਜਾ ਕੇ ਇੱਥੇ 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 ਬੈਠਾ ਚਲੋ ਚਲੋ ਪਹਿਲਾਂ ਹੀ ਆ ਕੇ ਬਹਿ ਗਿਆ ਕੀ ਆਰਡਰ ਕਰੇਗਾ ਸਰ ਦੇਖ ਰਹੇ ਹਾਂ ਹਜੇ ਤਾਂ ਅਸੀਂ ਕੀ ਆਰਡਰ ਕਰੀ ਹੁਣ ਤੁਹਾਨੂੰ ਸੀਟ ਵੀ ਨਹੀਂ ਪਸੰਦ ਆਉਂਦੀ ਦੋਨਾਂ ਨੂੰ ਕਦੇ ਕਿਤੇ ਬਹਿ ਜਾਂਦੇ ਕਦੇ ਕਿਤੇ ਬਹਿ ਜਾਂਦੇ ਹੁਣ ਕਦੇ ਇੱਥੇ ਬਹਿਣਾ ਕਿਤੇ ਬਹਿਣਾ ਕਿਉਂ ਇੱਥੇ ਸਪੈਸ਼ਲ ਆ ਕੋਈ ਨਹੀਂ ਸਪੈਸ਼ਲ ਇੱਥੇ ਨੈਗ ਜੀ ਆ ਬਾਈ ਨੀਵਾ ਹੈ ਤੁਸੀਂ ਇੱਧਰ ਬਹਿ ਗਏ ਜੀ ਸਰ ਅਸੀਂ ਫੋਟੋ ਖਿਚਾਉਣ ਵਾਸਤੇ ਬੈਠੇ ਹਾਂ ਚੜੀ ਹੈ
ਸੋਹਣਾ ਨਾ ਪਲੇਟ ਇੱਕ ਬੰਦੇ ਤਿੰਨ ਨੈਪਕਿਨ ਹੁੰਦੇ ਜੀ ਇਹ ਟਿਸ਼ੂ ਕਾਗਜ਼ ਵਾਲੇ ਰੁਮਾਲ ਹੁੰਦੇ ਹਾਂ ਰੁਮਾਲ ਹੁੰਦੇ ਘਰੇ ਚਾਦਰ ਨਾਲ ਹੱਥ ਪੂੰਝਣ ਵਾਲੇ ਇੱਥੇ ਨੈਪਕਿਨ ਮੰਗਦੇ ਸਹੀ ਗੱਲ ਹੈ ਨਾ ਫਿਰ ਲੈਣੀਆਂ ਗੋਲੀਆਂ ਗੋਲੀਆਂ ਕੋਈ ਕਿ ਨਹੀਂ ਬਸ ਵੇਖ ਨਹੀਂ ਲੈਣੇ ਚਲੋ ਹਾਂ ਹਾਂ ਆਪਣੇ ਤਾਂ ਕਿੰਨੇ ਦਾ ਪੁੱਛੀ ਕਿੰਨੇ ਦਾ ਹੈ ਟਾਕਿੰਗ ਕੈਕਟਸ 780 ਤਾਂ ਆਪਣੇ ਵਾਲਾ ਕਿੰਨੇ ਦਾ ਸੀ ਪਤਾ ਨਹੀਂ ਆਨਲਾਈਨ ਮੰਗਾਇਆ ਸੀ ਧਿਆਨ 'ਚ ਨਹੀਂ ਤੂੰ ਮੰਗਾਇਆ ਹਾਂ ਲੈ ਦੁਕਾਨ 'ਤੇ ਪਿਆ ਦੇਤਾ ਸੀ ਛੋਟੇ ਨੂੰ ਚਲੀਏ ਕਿਵੇਂ ਲੱਗਿਆ ਸਮਾਨ ਖਾਣ ਪੀਣ ਵਾਲਾ ਕੈਂਟ ਸੀ ਨਾ ਸਾਰੀਆਂ ਚੀਜ਼ਾਂ ਚਲੋ ਆਪਣੀ ਗੱਡੀ ਆਹ ਨਹੀਂ ਆ ਵੀ ਨਹੀਂ ਆ ਵੀ ਨਹੀਂ ਤਾਂ ਗਾਂਹ 'ਚ ਲੰਘੀ ਜਾਂਦਾ ਇੱਧਰ ਫਿਰ ਇੱਧਰ ਮੁੜ ਗਿਆ ਗੱਡੀ ਕਿਹੜੀ ਹੈ ਛੱਡ ਕੇ ਭੱਜ ਗਏ ਸੱਚੀ ਉੱਥੋਂ ਮੈਨੂੰ ਛੱਡੇ ਅਤੇ ਆ ਕੇ ਲਾਈਨ 'ਚ ਲੱਗ ਗਏ ਗੈਸ ਪਾਉਣ ਵਾਸਤੇ ਇਹਨਾਂ ਨੂੰ ਐਂ ਮੈਂ ਉੱਥੇ ਖੜਾ ਜੇ ਹੈਲੋ ਸਰ ਕੈਸੇ ਹੋ ਕੀ ਰੇਟ ਉੱਥੇ ਬਠਿੰਡੇ ਨਾਲੋਂ ਵੱਧ ਨਾ ਹਾਂ ਵੈਸੇ ਹਰਿਆਣੇ 'ਚ ਸਸਤੀ ਹੋਣੀ ਚਾਹੀਦੀ ਹੈ ਇਹਨਾਂ ਦੇ ਵਿਚਾਰਿਆਂ ਦੀ ਛਾਤੀ ਹੋਣੀ ਹਾਲ ਰਾਤ ਦੀ ਗੱਲ ਕਰਕੇ ਡੇ ਸੀ ਉਹ ਛੱਤ ਉੱਡ ਜਾਂਦੀ ਹੈ ਫਾਸਟੈਗ ਲਵਾਉਣਾ ਫਾਸਟੈਗ ਲਓ ਜੀ ਦਿੱਲੀ ਐਂਟਰ ਹੋ ਗਏ ਮਾਸਕ ਲਾ ਲਏ ਸਾਰਿਆਂ ਨੇ ਦਿੱਲੀ ਦਾ ਟ੍ਰੈਫਿਕ ਨੋਟ ਕੋਲ ਕਹਿੰਦੇ ਹਜੇ ਕੰਪਲੀਟ ਨਹੀਂ ਹੋਇਆ ਦਿੱਲੀ ਸਰਕਾਰ ਉਧਰ ਪੰਜਾਬ ਵਿੱਚ ਲੇਟ ਬਹੁਤ ਹੋ ਗਿਆ ਅੱਜ ਅਸੀਂ 10:30 ਹੋ ਗਏ 10:30 ਹੋ ਗਏ 10:30 ਵਜੇ ਨਹੀਂ ਆਪਾਂ 10 ਵਜੇ ਡੈਸਟੀਨੇਸ਼ਨ ਤੇ ਪਹੁੰਚਣਾ ਸੀ ਨਾ ਜੀ ਸਰ 10:30 ਆਪਾਂ ਨੂੰ ਇੱਥੇ ਹੀ ਹੋ ਗਏ 24 ਕਿਲੋਮੀਟਰ ਪਿਆ ਬਹੁਤ ਲੇਟ ਆ ਬਹੁਤ ਲੇਟ ਦਿਸ ਇਜ਼ ਦਾ ਮੈਨ ਮੇਡ ਹਿਲਸ ਜਿਹਨੂੰ ਕਿ ਅਸੀਂ ਪੰਜਾਬੀ 'ਚ ਕਹਿ ਸਕਦੇ ਹਾਂ ਜਿਹਨੂੰ ਕਿ ਕਹਿ ਸਕਦੇ ਹਾਂ ਕੂੜੇ ਵਾਲਾ ਪਹਾੜ ਬੰਦਿਆਂ ਦੇ ਪਾਇਆ ਹੋਇਆ ਗੰਦ ਦੇ ਨਾਲ ਬਣਿਆ ਹੋਇਆ ਪਹਾੜ ਹੌਲੀ 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 ਦਿੱਲੀ ਦਾ ਲਾਲ ਕਿਲਾ ਇੱਧਰ ਆ ਗਈ ਚੋਰ ਬਾਜ਼ਾਰ ਚੋਰਾਂ ਵਾਲੀ ਪਰ ਹੁਣ ਤਾਂ ਲੱਗ ਹਟਿਆ ਹੋਊਗਾ ਸਵੇਰੇ ਸਵੇਰੇ ਲੱਗਦਾ ਮੇਰੇ ਹਿਸਾਬ ਨਾਲ ਸਾਰਦੇ ਨਹੀਂ ਚੱਲਦਾ ਨਹੀਂ ਨਹੀਂ ਸਵੇਰੇ ਸਵੇਰੇ ਹਨੇਰੇ ਹਨੇਰੇ ਲੱਗ ਹਟਦਾ ਪੁਰਾਣੀ ਦਿੱਲੀ ਦਾ ਸਟੇਸ਼ਨ ਭਾਈ ਸਾਹਿਬ ਪਿੱਛੇ ਬੈਠੇ ਨੇ ਦਿਖਾਉਣੇ ਆਗੇ ਦੇਖ ਲਓ ਮੈਨੂੰ ਦੇਖ ਲਓ ਬਲੌਗ ਬਲੌਗ ਹੀ ਹੋ ਰਹੇ ਨੇ ਇਹ ਉਹ ਦੇਖੋ ਜੀ ਆਹ ਸੀ ਆਈਫੋਨ ਵਿਚਾਰਾ ਬਸ ਬੈਟਰੀ ਥੋੜੀ ਜਿਹੀ ਘੱਟ ਕਰਦਾ ਮੋਦੀ ਹੈਗਾ
ਬੈਟਰੀ ਦੇ ਸਾਰੇ ਆਈਫੋਨ ਹੀ ਘੱਟ ਕਰਦੇ ਜਨਾਬ। ਬੈਠਾ ਹੁਣ ਮੈਂ ਪਹੁੰਚ ਕੇ ਪਾਰਸਲ ਘਰ ਹੈ ਤਾਂ ਯਾਰ ਸਟੇਸ਼ਨ ਥੋੜੀ ਹੈ ਸਾਨੂੰ ਤਾਂ ਉਸਤਾਦ ਨੇ ਕਿਹਾ ਸੀ ਅਸੀਂ ਮੰਨ ਲਿਆ ਯਾਰ ਹੈ ਪਾਰਸਲ ਆਫਿਸ ਆਊਟਵਰਡ ਲਿਖਿਆ ਹੋਇਆ ਉਹ ਅੱਗੇ ਤਾਂ ਉਹ ਬਿਲਡਿੰਗ ਸਟੇਸ਼ਨ ਦੇ ਗਈ ਤੇ ਜਿਹੜੀ ਆਫਰ ਆ ਗਈ ਨਾ ਤੈਨੂੰ ਕੀ ਪਤਾ ਮੈਂ ਦੱਸਤਾ ਤੈਨੂੰ ਕਿਆ ਗੱਲ ਚੰਨੀ ਸਾਹਿਬ ਲਿਆਉਣੇ ਸੀ ਤੇਰੇ ਨਾਲ ਕਿਆ ਗੱਲ ਕਰਨਾ ਕਿਆ ਗੱਲ ਕਰਨਾ ਮਸਲੇ ਹੱਲ ਸਭ ਮਸਲੇ ਹੱਲ ਹੋ ਜਾਣੇ ਸੀਗੇ ਪਾਰਕਿੰਗ ਪੂਰਕਿੰਗ ਦੇ ਆਹ ਦੇ ਆਹ ਨਵੀਂ ਮਾਰਕੀਟ ਬਣੀ ਜਾਂਦੀ ਹੈ ਸਾਰੀ ਇੱਧਰਲੇ ਪਾਸੇ ਆਏ ਮੈਂ ਪੈਸੇ ਭੇਜ ਦਿੱਤੇ ਸੀ ਇੱਥੇ ਠੀਕ ਹੈ 100 ਕਰੋੜ ਰੁਪਏ ਇੱਕ ਵਾਰੀ ਮੈਂ ਦੇ ਦਾਂ ਮੈਂ ਕਿਹਾ ਬਾਕੀ ਬਾਅਦ ਚ ਕਰਾਂਗਾ ਅੱਜ ਸਾਡਾ ਵੀ ਸ਼ੇਅਰ ਪੈ ਜਾਣਾ ਉਹਨਾਂ 'ਚ ਥੋੜਾ ਸ਼ੇਅਰ ਨਵੀਂ ਮਾਰਕੀਟ ਸਾਰੀ ਸਾਰਾ ਉਹ ਦੇਖੋ ਖਿੜਕੀ ਆਪਾਂ ਖੁੱਲ੍ਹੀ ਛੱਡਤੀ ਜੀ ਅੱਛਾ ਖਿੜਕੀ ਖੁੱਲ੍ਹੀ ਛੱਡੇ ਜਜ਼ਬਾਤਾਂ ਦਾ ਕਾਬੂ ਰੱਖ ਚਲੋ ਇੱਧਰ ਸਾਹਮਣੇ ਲਾਲ ਕਿਲਾ ਆ ਗਿਆ ਜੀ ਉੱਧਰ ਗੁਰਦੁਆਰਾ ਸਾਹਿਬ ਹੈਗਾ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਅਤੇ ਅਸੀਂ ਚੱਲੇ ਇੱਧਰੋਂ ਸਮਾਨ ਲੈਣ ਪੁਲਿਸ ਵਾਲੇ ਫਿਰਦੇ ਆ ਇੱਧਰ ਜਾ ਇੱਧਰ ਆਪਣਾ ਸਮਾਨ ਨਿਕਲ ਗਿਆ ਸਾਰਾ ਚੜਾਈ ਜਾਂਦਾ ਹੈ ਜੀ ਖੁਸ਼ਬੂ ਤੁਹਾਡਾ ਇੱਧਰ ਬਿੱਲ ਬਣਾਈ ਜਾਂਦਾ ਵੀਰਾ ਬਿੱਲ ਉਹ ਐਚਪੀ ਦੇ ਡੈਲ ਨੇ ਅਲੱਗ ਅਲੱਗ ਉਹ ਚੈੱਕ ਕਰ ਲਿਓ ਬਾਕੀ ਦੇਖਦੇ ਹਾਂ ਮਾਰਕੀਟ 'ਚੋਂ ਤਾਂ ਆ ਗਏ ਸੀਗੇ ਖੁਸ਼ਪ੍ਰੀਤ ਵੀਰੇ ਅਤੇ ਮੈਂ ਚੱਲਿਆ ਸੀ ਹੈਦਰਪੁਰ ਹੈਦਰਪੁਰ ਥੋੜ੍ਹਾ ਜਿਹਾ ਕੰਮ ਸੀਗਾ ਉੱਧਰ ਜਾ ਕੇ ਦਿਖਾਉਣਾ ਤੁਹਾਨੂੰ ਕੀ ਕੰਮ ਹੈ ਮੈਂ ਮੈਟਰੋ ਸਟੇਸ਼ਨ 'ਤੇ ਅਤੇ ਇੱਥੇ ਆਊਗੀ ਮੈਟਰੋ ਅੰਦਰ ਇੱਥੇ ਆਊਗੀ ਮੈਟਰੋ ਇੱਕ ਹੋ ਗਈ ਇਹ ਦੇਖੀ ਹਮਾਰੀ ਨਈ ਗਾੜੀ ਇਸ ਕੀ ਆਪਕੋ ਲੁੱਕ ਦਿਖਾਤਾ ਹੂੰ ਇਹ ਵੈਗਨਰ ਹੈ ਯਹਾਂ ਇਹ ਦੇਖੀ इसको दूर से आपको जूम करके दिखाता हूँ दो मिनट रुक जाइए इसको पूरी लुक दिखाता हूँ आपको ये देखिए एक मिनट रुक जा ये रही ये ਗਾੜੀ ਔਰ ਉਸਕੇ ਪੈਰ ਤਾਂ ਇਹਦੇ ਲਾਲ ਹੋ ਗਏ ਚਲ ਕੋਈ ਨਹੀਂ ਧੋ ਦਾਂਗੇ ਇਹਦੇ ਪੈਰ ਲਕਸ਼ਮੀ ਮਾਤਾ ਦੇ ਪੈਰ ਹਰੇ ਕਿਤੇ ਖੜੀ ਹੈ ਆਪਣੀ ਵੱਡੀ ਮੈਂ ਕਲ ਵੱਡੀ ਨੂੰ ਖਾਈ ਗਈ ਨਾ ਤੁਸੀਂ ਖਾਓ ਪਹਿਲਾਂ ਮੈਂ ਵੱਡੀ ਨੂੰ ਖੜੀ ਹੈ ਇਹ ਕਹਿੰਦੀ ਆ ਯਾਰ ਨੂੰ ਖਵਾ ਦੂੰ ਮੈਂ ਖਾ ਲਿਆ ਅੱਜ ਦਾ ਬਲੌਗ ਇੱਥੇ ਐਂਡ ਕਰ ਰਿਹਾ ਮਿਲਦੇ ਹਾਂ ਤੁਹਾਡੇ ਨਾਲ ਨੈਕਸਟ ਬਲੌਗ 'ਚ ਵੀਡੀਓ ਅੱਛੀ ਲੱਗੇ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰੋ ਬਾਏ ਬਾਏ ਟੇਕ ਕੇਅਰ